ਰੇਡੀਓ ਸਿਟੀ 91.9 ਐਫਐਮ ਮੈਂ ਤੁਹਾਡਾ ਮਿੱਤਰ ਪਿਆਰਾ ਹਿਮਾਂਸ਼ੂ ਫਿਰ ਹਾਜ਼ਰ ਹਾਂ ਸਿਟੀ ਦੇ ਕੋਨੇ ਕੋਨੇ ਦੀ ਗੱਲ ਕਰੀਏ ਪੰਜਾਬ ਗਵਰਨਮੈਂਟ ਦੀ ਇੱਕ ਸਕੀਮ ਹੈ ਜੋ 14 ਤਰੀਕ ਨੂੰ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਅਪਲਾਈ ਹੋਏਗੀ ਉਸ ਦੇ ਬਾਰੇ ਡਿਟੇਲ 'ਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਜਲੰਧਰ ਸ਼ਹਿਰ ਤੋਂ ADCP ਮੈਮ ਮਨਜੀਤ ਕੌਰ ਜੀ ਬਣੇ ਹੋਏ ਨੇ ਮੈਮ ਸਭ ਤੋਂ ਪਹਿਲਾਂ ਤਾਂ ਵੈਲਕਮ ਟੂ ਰੇਡੀਓ ਸਿਟੀ ਐਂਡ ਵੈਲਕਮ ਟੂ ਜਲੰਧਰ ਥੈਂਕ ਯੂ ਜੀ ਥੈਂਕ ਯੂ ਕੀ ਹਾਲ ਨੇ ਤੁਹਾਡੇ ਠੀਕ ਹੈ ਜੀ ਐਂਡ ਮੈਮ ਇੱਕ ਖਾਸ ਮੁਹਿੰਮ ਪੰਜਾਬ ਸਰਕਾਰ ਦੀ ਨੋ ਚਲਾਨ ਡੇ ਮੈਂ ਪਹਿਲੀ ਵਾਰੀ ਇਸ ਚੀਜ਼ ਸੁਣ ਰਿਹਾ ਤੇ ਮੈਨੂੰ ਵੀ ਖੁਸ਼ੀ ਹੋ ਰਹੀ ਹੈ ਤੇ ਜਲੰਧਰ ਵਾਸੀਆਂ ਨੂੰ ਵੀ ਸ਼ਾਇਦ ਸੁਣ ਕੇ ਖੁਸ਼ੀ ਹੋ ਰਹੀ ਹੈ ਇਹ ਕੀ ਮੁਹਿੰਮ ਹੈ ਨੋ ਚਲਾਨ ਡੇ ਐਕਚੁਅਲੀ ਉਸ ਦਿਨ ਪੰਜਾਬ ਸਰਕਾਰ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਕਿ 14 ਨਵੰਬਰ ਸੰਡੇ ਨੂੰ 10 ਤੋਂ 12 ਵਜੇ ਤੱਕ ਨੋ ਚਲਾਨ ਡੇ ਮਨਾਇਆ ਜਾਵੇਗਾ ਮੀਨਸ ਕਿ ਉਸ ਦਿਨ ਕੋਈ ਚਲਾਨ ਨਹੀਂ ਕੀਤਾ ਜਾਵੇਗਾ ਸਿਰਫ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਅਵੇਅਰ ਕੀਤਾ ਜਾਵੇਗਾ ਤਾਂ ਕਿ ਕੋਈ ਐਕਸੀਡੈਂਟ ਵਗੈਰਾ ਜੋ ਹੋ ਰਹੇ ਆ ਉਹਨਾਂ ਦੀ ਰੇਸ਼ੋ ਘੱਟ ਸਕੇ ਤੇ ਅਸੀਂ ਲੋਕਾਂ ਦੀ ਜ਼ਿੰਦਗੀ ਬਚਾ ਸਕੀਏ ਉਹ 2 ਘੰਟੇ ਲੋਕਾਂ ਨੂੰ ਹਰ ਇੱਕ ਮੋੜ ਤੇ ਹਰ ਇੱਕ ਚੌਂਕ ਤੇ ਜਲੰਧਰ ਸ਼ਹਿਰ ਦੇ ਵਿੱਚ ਇਹ ਸਮਝਾਇਆ ਜਾਏਗਾ ਕਿ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿ 2 ਘੰਟੇ ਚਲਾਨ ਨਹੀਂ ਹੋਏਗਾ ਤੇ ਤੁਸੀਂ ਬਚ ਗਏ ਹਾਂਜੀ ਹਾਂਜੀ ਬਿਲਕੁਲ ਉਸ ਦਿਨ ਇਹਨਾਂ ਨੂੰ ਜਿਹੜੇ ਟ੍ਰੈਫਿਕ ਰੂਲ ਤੋੜਨਗੇ ਉਹਨਾਂ ਨੂੰ ਅਸੀਂ ਸੌਂਹ ਵੀ ਖਵਾਵਾਂਗੇ ਕਿ ਅੱਜ ਅਸੀਂ ਇਹ ਟ੍ਰੈਫਿਕ ਰੂਲ ਤੋੜ ਰਹੇ ਹਾਂ ਅਸੀਂ ਅੱਜ ਤੋਂ ਸੌਂਹ ਖਾਂਦੇ ਹਾਂ ਕਿ ਅਸੀਂ ਕੱਲ੍ਹ ਤੋਂ ਇਹੋ ਜਿਹਾ ਕੋਈ ਸਟੈਪ ਨਹੀਂ ਲਵਾਂਗੇ ਅਸੀਂ ਰੂਲ ਫੋਲੋ ਕਰਾਂਗੇ ਜੇ ਨਾ ਕਰਾਂਗੇ ਤਾਂ ਕੱਲ੍ਹ ਸਾਡਾ ਚਲਾਨ ਕੀਤਾ ਜਾਵੇਗਾ ਐਂਡ ਮੈਮ ਕਿਹੜੇ ਕਿਹੜੇ ਚੌਂਕਾਂ ਤੇ ਇਹ ਜਿਹੜੀ ਮੁਹਿੰਮ ਹੈ ਇਹ ਹੋਏਗੀ ਸਾਡੇ ਜਲੰਧਰ ਸ਼ਹਿਰ 'ਚ ਹਾਂਜੀ ਇਹ PAP ਚੌਂਕ BMC ਚੌਂਕ ਰੇਲਵੇ ਸਟੇਸ਼ਨ ਨਕੋਦਰ ਚੌਂਕ ਐਂਡ ਪਠਾਨਕੋਟ ਚੌਂਕ ਤੇ ਗੁਰੂ ਰਵਿਦਾਸ ਜੀ ਚੌਂਕ ਐਂਡ ਮੈਮ ਇਸ ਤੋਂ ਇਲਾਵਾ ਤੁਸੀਂ ਸਾਰੇ ਸਿਟੀ ਵਾਸੀਆਂ ਦੇ ਲਈ ਤੁਸੀਂ ਹੁਣ ਇੱਥੇ ਆਏ ਹੋ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਕੀ ਖਾਸ ਮਕਸਦ ਦੇ ਨਾਲ ਕੋਈ ਇੱਕ ਮੈਸੇਜ ਤੁਹਾਡੇ ਵੱਲੋਂ ਸਾਰੇ ਸਿਟੀ ਵਾਸੀਆਂ ਨੂੰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਸ਼ਹਿਰ ਦਾ ਹਰ ਇੱਕ ਨਾਗਰਿਕ ਇਹ ਸੋਚ ਕੇ ਚੱਲੇ ਕਿ ਮੈਂ ਜਿੰਨਾ ਆਪਣੇ ਲਈ ਇੰਪੋਰਟੈਂਟ ਹਾਂ ਉਨਾ ਮੈਂ ਆਪਣੀ ਫੈਮਿਲੀ ਲਈ ਉਨਾ ਮੈਂ ਆਪਣੇ ਸ਼ਹਿਰ ਲਈ ਉਨਾ ਦੇਸ਼ ਲਈ ਇੰਪੋਰਟੈਂਟ ਹਾਂ ਅਗਰ ਮੈਂ ਇਹ ਰੂਲ ਫੋਲੋ ਕਰੂੰਗਾ ਅਨੁਸ਼ਾਸਨ 'ਚ ਰਹੂੰਗਾ ਤਾਂ ਹੀ ਮੈਂ ਆਪਣੀ ਜਾਨ ਬਚਾ ਸਕੂੰਗਾ ਅਗਰ ਮੇਰੀ ਜਾਨ ਬਚਦੀ ਹੈ ਤਾਂ ਹੀ ਮੇਰੀ ਫੈਮਿਲੀ ਦੀ ਬਚੂਗੀ ਮੇਰੀ ਫੈਮਿਲੀ ਦੀ ਬਚੂਗੀ ਤਾਂ ਅਸੀਂ ਸ਼ਹਿਰ ਦੀ ਬਚਾਵਾਂਗੇ ਅਸੀਂ ਪੂਰੇ ਦੇਸ਼ ਦੀ ਬਚਾਵਾਂਗੇ ਅਸੀਂ ਦੇਸ਼ ਦਾ ਭਵਿੱਖ ਹਾਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਾਂਗੇ ਕਿ ਹੈਲਪ ਕਰੋ ਕੋਆਪਰੇਟ ਕਰੋ ਸਾਨੂੰ ਪੁਲਿਸ ਇਕੱਲੇ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਸਾਡਾ ਸਾਥ ਦਿਓਗੇ ਤਾਂ ਅਸੀਂ ਇਸ ਚੀਜ਼ 'ਚ ਕਾਮਯਾਬ ਹੋਵਾਂਗੇ ਇਹ ਮੈਂ ਅਬਜ਼ਰਵ ਕੀਤਾ ਹੈ ਕਿ ਹਰ ਇੱਕ ਜਿਹੜਾ ਨਾਗਰਿਕ ਆ ਜਦੋਂ ਅਸੀਂ ਘਰ ਤੋਂ ਚੱਲਦੇ ਹਾਂ ਅਤੇ ਸਾਡੇ ਘਰ ਦੇ ਜਾਂ ਸਾਡੇ ਫੈਮਿਲੀ ਮੈਂਬਰ ਕਹਿੰਦੇ ਆ ਤੂੰ ਹੈਲਮਟ ਲੈ ਕੇ ਚੱਲ ਤੂੰ ਸੀਟ ਬੈਲਟ ਲਾ ਕੇ ਜਾਈ ਅੱਗੇ ਚਲਾਨ ਤੇਰਾ ਹੋ ਜੂਗਾ ਟ੍ਰੈਫਿਕ ਪੁਲਿਸ ਖੜੀ ਹੋਊਗੀ ਅੱਜ ਜੁਰਮਾਨਾ ਭੁਗਤਣਾ ਪਊਗਾ ਲੋਕਾਂ ਦੇ ਮਨਾਂ 'ਚ ਇਹ ਧਾਰਨਾ ਆ ਚੁੱਕੀ ਹੈ ਕਿ ਇਹ ਸਿਰਫ ਸਾਡੇ ਫਾਇਦੇ ਲਈ ਨਹੀਂ ਹੈ ਸਿਰਫ ਚਲਾਨ ਤੋਂ ਬਚਣ ਲਈ ਅਸੀਂ ਹੈਲਮਟ ਨਾਲ ਕੈਰੀ ਕਰ ਰਹੇ ਹਾਂ ਅਸੀਂ ਇੰਨੀ ਅਮਾਊਂਟ ਨਹੀਂ ਦੇ ਸਕਦੇ 500 ਜੋ 1000 ਰੁਪਈਆ ਚਲਾਨ ਹੋਣਾ ਹੈ ਅਸੀਂ ਉਹਨੂੰ ਬਚਾਉਣਾ ਆ ਉਹ ਇਹ ਨਹੀਂ ਸੋਚਦੇ ਕਿ ਸਾਡੀ ਸੇਫਟੀ ਵਾਸਤੇ ਆ ਬਸ ਇਹੀ ਲੋਕਾਂ ਦੇ ਮਨਾਂ 'ਚ ਘਰ ਗੱਲ ਕਰ ਕੀਤੀ ਹੋਈ ਹੈ ਕਿ ਅਸੀਂ ਬਸ ਸਿਰਫ ਸਾਡੇ ਫਾਇਦੇ ਲਈ ਨਹੀਂ ਬਣੀਆਂ ਹੋਈਆਂ ਚੀਜ਼ਾਂ ਇਹ ਸਿਰਫ ਅਸੀਂ ਪੁਲਿਸ ਤੋਂ ਬਚਣ ਵਾਸਤੇ ਕਰ ਰਹੇ ਹਾਂ ਐਂਡ ਅਗਰ ਅੱਜ ਕੱਲ੍ਹ ਇਸ ਚੀਜ਼ ਨੂੰ ਅਗਰ ਇਹਨੂੰ ਥੋੜ੍ਹਾ ਜਿਹਾ ਇਹਦਾ ਐਡਵਾਂਸਡ ਵਰਜ਼ਨ ਦੇਖੀਏ ਤਾਂ ਮਾਸਕ ਨਾਲ ਵੀ ਇੱਦਾਂ ਹੀ ਹੋ ਗਿਆ ਹੈ ਜੇ ਜਦੋਂ ਸਰਕਾਰ ਅਲਾਓ ਕਰਦੀ ਹੈ ਪੁਲਿਸ ਵਾਲਾ ਦੇਖ ਲਿਆ ਤਾਂ ਮਾਸਕ ਪਾ ਲਿਆ ਹੈਲਮਟ ਵਾਂਗੂ ਨਹੀਂ ਤਾਂ ਬਾਅਦ 'ਚ ਉਤਾਰਤਾ ਬਿਲਕੁਲ ਉਹ ਤਾਂ ਆਪਣੀ ਹੈਲਥ ਲਈ ਬਹੁਤ ਜ਼ਰੂਰੀ ਹੈ ਵੈਸੇ ਪੋਲਿਊਸ਼ਨ ਇੰਨਾ ਜ਼ਿਆਦਾ ਕਿ ਅਸੀਂ ਹਮੇਸ਼ਾ ਲਈ ਲਾ ਕੇ ਰੱਖੀਏ ਤਾਂ ਅਸੀਂ ਸੇਫ ਹਾਂ ਇਹ ਸਾਨੂੰ ਦਿਖਾਵੇ ਲਈ ਨਹੀਂ ਜਾਂ ਅਸੀਂ ਕਰੋਨਾ ਦੇ ਡਰ ਤੋਂ ਨਹੀਂ ਪਹਿਨਾਂਗੇ ਸਾਡੀ ਆਦਤ ਸਾਨੂੰ ਬਣਾਉਣੀ ਚਾਹੀਦੀ ਹੈ ਕਿ ਅਸੀਂ ਇਹ ਚੀਜ਼ ਨੂੰ ਵੇਅਰ ਕਰੀਏ ਮੈਮ ਅੱਛਾ ਇੱਕ ਹੋਰ ਮੇਰੇ ਦਿਮਾਗ 'ਚ ਸਵਾਲ ਆ ਰਿਹਾ ਸੀਗਾ ਕਿ ਜਿਸ ਤਰ੍ਹਾਂ ਨੋ ਚਲਾਨ ਡੇ ਹੈ ਵੈਸੇ ਵੇਖਿਆ ਜਾਵੇ ਤੇ ਐਵਰੇਜ ਕਿੰਨੇ ਕੁ ਚਲਾਨ ਕੱਟ ਹੋ ਜਾਂਦੇ ਨੇ ਅਗਰ ਕਿਸੇ ਵੀ ਸ਼ਹਿਰ ਦੀ ਗੱਲ ਕਰੀਏ ਕਿੰਨੇ ਕੁ ਲੋਕ ਰੂਲ ਫੋਲੋ ਨਹੀਂ ਕਰਦੇ ਕਿੰਨਾ ਇਹ ਡਾਟਾ ਕਿੰਨਾ ਜ਼ਿਆਦਾ ਵੱਧ ਚੁੱਕਾ ਹੈ ਕਿੰਨਾ ਇਸ ਚੀਜ਼ ਬਾਰੇ ਇੱਕ ਦਿਨ 'ਚ 300-400 ਤੋਂ ਅਬਵ ਚਲਾਨ ਹੋ ਜਾਂਦੇ ਆ ਬਟ ਕਿਸੇ ਦਿਨ ਸਪੈਸ਼ਲ ਕੰਪੇਨਿੰਗ ਚੱਲਦੀ ਆ ਕਿ ਅੱਜ ਉਹਦੇ ਉੱਤੇ ਸੀਟ ਬੈਲਟ 'ਤੇ ਕਰਨਾ ਹੈ ਚਲਾਨ ਅੱਜ ਓਵਰਲੋਡਿੰਗ 'ਤੇ ਕਰਨਾ ਆ ਮੇਨ ਹੈ ਕਿ ਸ਼ਹਿਰ ਦੇ ਵਿੱਚ ਜਿਹੜੇ ਰੂਲ ਤੋੜੇ ਜਾਂਦੇ ਆ ਉਹਨਾਂ 'ਤੇ ਚਲਾਨ ਜ਼ਿਆਦਾ ਕੀਤੇ ਜਾਂਦੇ ਆ ਠੀਕ ਹੈ ਥੈਂਕ ਯੂ ਮੈਮ